ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਦੀ ਕਹਾਣੀ ਹੈ ਜਿਉਣ ਜੋਗੇ। ਲੇਖਕ ਸੁਖਵੰਤ ਕੌਰ ਮਾਨ। ਸਾਰਾ ਆਲਾ ਦੁਆਲਾ ਰੌਂਡ ਮੁੰਡ ਹੋ ਗਿਆ ਏ, ਮੋਰ ਪਤਾ ਨਹੀਂ ਕਿਉਂ ਨਹੀਂ ਕੂਕਦੇ। ਪਰਸੋਂ ਜੰਗਲੀ ਮੁਰਗੇ ਦੇ ਖੰਭ ਸਾਰੀ ਸੜਕ 'ਤੇ ਖਿਲਰੇ ਪਏ ਸਨ। ਫੜ ਫੜ ਕਰਦਾ ਵੱਡੀ ਕਿੱਕਰ ਦੁਆਲੇ ਫੇਰੀਆਂ ਲਾਇਆ ਕਰਦਾ ਸੀ। ਰਾਤ ਕਿੱਕਰ 'ਤੇ ਹੀ ਰਹਿੰਦਾ ਸੀ। ਕਿੰਨੇ ਗਹਿਰੇ ਅਤੇ ਚਮਕੀਲੇ ਰੰਗ ਸਨ ਉਹਦੇ। ਸਵੇਰੇ ਸੜਕ 'ਤੇ ਖੰਭ ਖਿਲਰੇ ਪਏ ਸਨ। ਪਤਾ ਨਹੀਂ ਕਿਸੇ ਸ਼ਿਕਾਰੀ ਨੇ ਜਾਂ ਕਿਸੇ ਬਿੱਲੀ ਕੁੱਤੇ ਦੇ ਕਾਬੂ ਆ ਗਿਆ ਸੀ। ਉਹ ਆਖਰੀ ਜੰਗਲੀ ਮੁਰਗਾ ਸੀ ਜੋ ਇਸ ਕਿੱਕਰ 'ਤੇ ਰਹਿੰਦਾ ਸੀ। ਇਸ ਪਿੰਡ ਦੇ ਕਰਮਾਂ 'ਚ ਢੈਣ ਹੀ ਲਿਖਿਆ ਸੀ, ਪਰ ਇੱਥੇ ਦੇ ਵਾਸੀ ਪਿੰਡ ਛੱਡਣ ਲਈ ਉੱਕਾ ਤਿਆਰ ਨਹੀਂ ਸਨ। ਸ਼ਹਿਰ ਵਾਧਾ ਇਹਨਾਂ ਪਿੰਡਾਂ ਦੇ ਨਾਲ ਆ ਲੱਗਾ ਸੀ। ਕਈ ਨੋਟਿਸ ਆ ਚੁੱਕੇ ਸਨ ਪਿੰਡ ਖਾਲੀ ਕਰਨ ਦੇ, ਪਰ ਬਹੁਤਿਆਂ ਨੂੰ ਅੱਗੋਂ ਕੋਈ ਭੋਏ ਨਹੀਂ ਸੀ ਮਿਲੀ। ਕਈਆਂ ਨੇ ਡੈਰੀਆਂ ਬਣਾ ਰੱਖੀਆਂ ਸਨ, ਕੁਝ ਇੱਕ ਨੇ ਸ਼ਹਿਰ 'ਚ ਧੰਦੇ ਖੋਲ੍ਹ ਰੱਖੇ ਸਨ। ਕੁਝ ਬਜ਼ੁਰਗਾਂ ਨੂੰ ਪਿੰਡ ਨਾਲ ਮੋਹ ਡਾਢਾ ਸੀ, ਹਾਈ ਕੋਰਟ ਅਤੇ ਫਿਰ ਸੁਪਰੀਮ ਕੋਰਟ। ਅਖੀਰਲੇ ਨੋਟਿਸ ਤੋਂ ਬਾਅਦ ਦਣਦਣਾਂ ਦਾ ਹੋਇਆ ਬਲਡੋਜ਼ਰ ਪਿੰਡ ਦੀ ਫਿਰਨੀ 'ਤੇ ਆ ਖਲੋਤਾ ਸੀ। ਪਿੰਡ 'ਚ ਖਲਬਲੀ ਮੱਚ ਗਈ ਸੀ। ਤੀਵੀਆਂ ਬੰਦੇ ਘਰਾਂ 'ਚੋਂ ਸਮਾਨ ਕੱਢ ਕੱਢ ਭੱਜਣ ਲੱਗੇ। ਪਸ਼ੂਆਂ ਨੂੰ ਡੰਡੇ ਮਾਰਦੇ ਹੋਏ, ਖੁੱਡਿਆਂ ਦੀਆਂ ਤਾਕੀਆਂ ਖੋਲ੍ਹਦੇ ਹੋਏ, ਖੰਭ ਫੜ ਫੜਾਉਂਦੀਆਂ ਕਹਿ ਕਹਿ ਕਰਦੀਆਂ ਮੁਰਗੀਆਂ, ਮੈਂ ਮੈਂ ਕਰਦੀਆਂ ਬੱਕਰੀਆਂ, ਟਰੰਕ ਭਾਂਡੇ ਮੰਜਿਆਂ ਧਰੂੰਦੇ ਘਰਕਦੇ ਹਫ਼ਤੇ, ਬੱਚੇ ਬੁੱਢੇ ਜਵਾਨ ਗਾਲਾਂ ਕੱਢਦੇ ਰੋਂਦੇ ਚੀਕਦੇ ਦੌੜਦੇ ਜਾ ਰਹੇ ਸਨ। ਤੁਹਾਡਾ ਕੱਖ ਨਾ ਰਹੇ ਵੇ ਤੁਹਾਡਾ, ਬੋਲਦੀ ਬਕਦੀ ਥੈਂ ਥੈਂ ਬੱਕਰੀ ਨੂੰ ਸੋਟੀ ਮਾਰਦੀ, ਥੱਕਦੀ ਖੁੱਲ੍ਹੇ ਝਾਟੇ ਝੱਗੋ ਝੱਗ ਹੋਈ, ਕਾਲੀ ਮਾਂ ਦਾ ਰੂਪ ਧਾਰੀ ਭੰਨ ਤੋਂ ਮੈਰੀ ਡਿੱਗਦੀ ਢੈਂਦੀ ਭੱਜੀ ਜਾ ਰਹੀ ਸੀ। ਪਰ ਬੋਲਿਆਂ ਦੀ ਬੁੱਢੀ ਸਾਹੋ ਸਾਹ ਹੋਈ ਆਪਣੀ ਮੰਜੀ ਧੋਈ ਜਾ ਰਹੀ ਸੀ। ਅੜੈਂ ਅੜੈਂ ਕਰਦੀਆਂ ਮੱਝਾਂ ਮੁੜ ਮੁੜ ਉੱਥੇ ਹੀ ਗੇੜੇ ਕੱਢੀ ਜਾਂਦੀਆਂ। ਕੱਚੇ ਅੱਧ ਪੱਕੇ ਕੋਠੇ, ਵੱਡੇ ਵੱਡੇ ਤੂੜੀ ਦੇ ਕੁੱਪ, ਗਹਿਰੇ ਬਲਡੋਜ਼ਰ ਅੱਗੇ ਇੰਜ ਉੱਡ ਰਹੇ ਸਨ ਜਿਵੇਂ ਕੋਈ ਵੱਡਾ ਤੂਫਾਨ ਆ ਗਿਆ ਹੋਵੇ। ਅਖੇ ਫਲੈਟ ਉਸਰਨਗੇ, ਵੱਡੇ ਵੱਡੇ ਸ਼ੋਅਰੂਮ ਬਣਨਗੇ, ਪੱਕੀਆਂ ਸੜਕਾਂ ਬਣਨਗੀਆਂ। ਪਹਿਲਾਂ ਕੁਝ ਲੋਕਾਂ ਨੇ ਬਲਡੋਜ਼ਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ, ਫੇਰ ਲੜਦੇ ਝਗੜਦੇ ਸਰਕਾਰ ਨੂੰ ਕੋਸਦੇ ਘਰਾਂ 'ਚੋਂ ਸਮਾਨ ਕੱਢਣ ਲੱਗ ਪਏ ਸਨ। ਢੱਠ ਦੇ ਕੋਠੇ ਵੇਖ, ਇੱਕ ਦੂਜੇ ਵੱਲ ਵੇਖ, ਫੇਰ ਮਾਪਿਆਂ ਦੇ ਉਦਾਸ ਮੂੰਹ ਵੱਲ ਵੇਖਦੇ, ਅਣਜਾਣੇ ਚੁੱਪ ਚਾਪ ਜਿਹੇ ਲੱਗੇ ਫਿਰਦੇ ਸਨ। ਅਜੀਬ ਜਿਹੀ ਅੱਚ ਵੀ ਲੱਗੀ ਪਈ ਸੀ ਉਹਨਾਂ ਨੂੰ। ਮਾਪਿਆਂ ਦੇ ਹੜਕਣ ਦੇ ਬਾਵਜੂਦ ਉਹ ਬਲਡੋਜ਼ਰ ਦੇ ਮਗਰ ਹੋ ਤੁਰੇ ਸਨ। ਉਹ ਵੇਖੋ ਕਾਲੂ ਦੀ ਡਿਉੜੀ ਠਾਹ ਡਿੱਗੀ, ਪਿੰਦਾ ਚੀਕ ਪਿਆ ਸੀ, ਫਿੱਟੇ ਮੂੰਹ, ਤੁਹਾਡੇ ਵੇ ਬੇਸ਼ਰਮੋ, ਕਰਤਾਰੋ ਨੇ ਸ਼ਿੰਦੇ ਨੂੰ ਝਿੜਕਿਆ ਸੀ। ਉਹ ਵੇਖ ਧੀਰੇ ਤੁਹਾਡੀ ਸਬਾਤ, ਦੈੜ ਦੈੜ ਠਾਹ, ਮੁੰਡਿਆਂ ਦਾ ਬਦੋ ਬਦੀ ਹਾਸਾ ਨਿਕਲ ਗਿਆ ਸੀ। ਵੇ ਤੁਹਾਨੂੰ ਖੁਸ਼ੀ ਕਾਹਦੀ ਚੜ੍ਹ ਗਈ ਸਾਡਾ ਘਰ ਡਿੱਗਣ ਦੀ, ਧੀਰੇ ਦੀ ਮਾਂ ਨੂੰ ਗੁੱਸਾ ਚੜ੍ਹ ਗਿਆ ਸੀ। ਮੁੰਡੇ ਹੁਣ ਕਮਲਿਆਂ ਹਾਰ ਇੱਕ ਦੂਜੇ ਦੇ ਅੱਗੇ ਦੌੜਦੇ ਹੋਏ ਅਗਲੇ ਘਰਾਂ ਦਾ ਸਮਾਨ ਕਢਾਉਂਦੇ, ਧਰੂੰਦੇ ਫਿਰਨੀ ਤੱਕ ਲਿਆਉਂਦੇ ਮੁੜਕੋ ਮੁੜਕੀ ਹੋਏ ਪਏ ਸਨ। ਸਾਰੀ ਰਾਤ ਕੁੱਤੇ ਰੋਂਦੇ ਰਹੇ, ਮਲਬੇ ਦੇ ਢੇਰਾਂ 'ਤੇ ਬੈਠੇ ਅਜੀਬ ਆਵਾਜ਼ਾਂ ਕੱਢਦੇ, ਰੋਂਦੀਆਂ ਬਿੱਲੀਆਂ ਢੱਠੇ ਪਿੰਡਾਂ ਦੇ ਚੱਕਰ ਕੱਢਦੀਆਂ ਰਹੀਆਂ ਸਨ। ਭੰਤੋ ਮੈਰੀ ਦੀ ਬਰੜਾਈ ਜਿਹੀ ਆਵਾਜ਼ ਕਦੀ ਜਾਪਦਾ ਚੀਕਾਂ ਮਾਰਦੀ ਏ, ਕਦੀ ਜਾਪਦਾ ਰੋਂਦੀ ਏ, ਫਿਰ ਤਾੜੀ ਮਾਰ ਕੇ ਹਾ ਹਾ ਕਰਕੇ ਅਟਾਸ ਕਰਦੀ ਹੋਈ ਇੱਕ ਖੌਫਨਾਕ ਆਵਾਜ਼। ਦਿਨ ਚੜ੍ਹਦਿਆਂ ਹੀ ਠੇਕੇਦਾਰ ਆ ਗਿਆ, ਇਹ ਆ ਰਹੇ ਕੁਹਾੜੇ 'ਤੇ ਮਜ਼ਦੂਰ ਲੈ ਕੇ ਪਿੰਡ ਦੇ ਪਿੱਪਲ ਬੋੜਾਂ 'ਤੇ ਧਰੇਕਾਂ ਵੱਢਣ ਲਈ। ਇਹ ਇਸ ਪਿੰਡ ਦੇ ਲੋਕ ਨੇ ਜੋ ਸ਼ਹਿਰੀ ਮਜ਼ਦੂਰ ਬਣ ਗਏ ਨੇ। ਇਸ ਉੱਜੜੇ ਪਿੰਡ ਦੇ ਲੋਕ 'ਤੇ ਸਰਕਾਰ ਦੀ ਬੜੀ ਕਿਰਪਾ ਏ, ਕੱਚੀਆਂ ਨੌਕਰੀਆਂ 'ਤੇ ਰੱਖ ਲਏ ਗਏ ਨੇ। ਵੇ ਕੱਖ ਨਹੀਂ ਜੇ ਰਹਿਣਾ, ਪਿੱਪਲ ਨਾ ਵੱਢਿਓ, ਭੰਤੋ ਮੈਰੀ ਬਾਹਾਂ ਖੜੀਆਂ ਕਰ ਦੁਹਾਈ ਪਾ ਰਹੀ ਏ। ਇੱਕ ਮਿੰਟ ਲਈ ਮਜ਼ਦੂਰ ਠਿਠਕ ਗਏ ਨੇ। ਕਿਉਂ, ਕੀ ਹੋ ਗਿਆ ਏ, ਠੇਕੇਦਾਰ ਨੇ ਰੋਬ ਨਾਲ ਪੁੱਛਿਆ ਏ। ਇੱਕਦਮ ਉਹਨਾਂ ਇੱਕ ਦੂਜੇ ਵੱਲ ਵੇਖਿਆ ਏ, ਠੱਕ ਠੱਕ ਕੁਹਾੜੇ ਚੱਲ ਪਏ ਨੇ। ਤੇਰੀ ਮਾਂ ਕਈ ਤਣੇ ਦੇ ਚੀੜੇ ਹੋਣ ਨੂੰ ਗਾਲਾਂ ਕੱਢ ਰਹੇ ਨੇ, ਕਹਿਰ ਭਰੀਆਂ ਨਜ਼ਰਾਂ ਨਾਲ ਕਦੀ ਅਸਮਾਨ ਵੱਲ, ਕਦੀ ਇੱਕ ਦੂਜੇ ਵੱਲ ਅਤੇ ਕਦੀ ਠੇਕੇਦਾਰ ਵੱਲ ਵੇਂਦੇ ਹੋਏ। ਅਟਨਾ ਭਰੀਆਂ ਤਲੀਆਂ 'ਤੇ ਥੁੱਕਦੇ ਉਹਨਾਂ ਨੂੰ ਸਹਿਲਾਉਂਦੇ, ਤਣੇ 'ਤੇ ਮੁੜ ਮੁੜ ਵਾਰ ਕਰਕੇ ਮੁੜਕਾ ਪੂੰਝਦੇ ਸਾਹੋ ਸਾਈ ਹੋ ਰਹੇ ਨੇ। ਹੁਣ ਉਹ ਪਾਣੀ ਦੇ ਘੜੇ ਦੁਆਲੇ ਹੋ ਗਏ ਨੇ।
ਕਰਤਾਰਾ ਕਹਿ ਰਿਹਾ ਏ ਉਹ ਸੀ ਸਾਡਾ ਘਰ ਉਹ ਨਿੰਮ ਮੇਰੇ ਪੜਦਾਦੇ ਨੇ ਲਾਈ ਸੀ ਦੇਖ ਲਓ ਕਿੱਡਾ ਮੋਟਾ ਤਣਾ ਏ ਇਸ ਥੱਲੇ ਮੇਰੀ ਮਾਂ ਚਰਖਾ ਕੱਤਿਆ ਕਰਦੀ ਸੀ ਚਲੋ ਵੱਡੋ ਬਈ ਠੇਕੇਦਾਰ ਨੇ ਹੋਕਰਾ ਮਾਰਿਆ ਏ ਤੇਰੀ ਓਏ ਕਰਤਾਰੇ ਨੇ ਮੂੰਹ ਹੀ ਮੂੰਹ 'ਚ ਗਾਲ ਕੱਢੀ ਏ ਭਿੰਦਰ ਅਤੇ ਸ਼ੀਸ਼ੂ ਠਾਹ ਠਾਹ ਕਰਕੇ ਹੱਸ ਪਏ ਨੇ ਉਹਨਾਂ ਨੇ ਕੁਹਾੜੇ ਸੂਤ ਲਏ ਨੇ ਪੁਰਾਣੇ ਪਿੱਪਲ ਦੇ ਤਣੇ ਨੂੰ ਪਿੱਪਲ ਬਹੁਤ ਚੀੜਾ ਏ ਕਰਤਾਰ ਨੂੰ ਭਿੰਦਰ ਨੂੰ ਸ਼ੀਸ਼ੂ ਨੂੰ ਸਾਹ ਚੜਿਆ ਹੋਇਆ ਏ ਵੇ ਜਦ ਮੁਨਿਆਦ ਨਹੀਂ ਰਹਿੰਦੀ ਨਾ ਵੱਢੋ ਵੇ ਦੇਵਤਾ ਹੁੰਦਾ ਏ ਪਿੱਪਲ ਪੰਤੋਂ ਮੇਰੀ ਦੁਹਾਈ ਦਿੰਦੀ ਲੰਘ ਗਈ ਏ ਸੁਣਿਆ ਏ ਕਮਲੀ ਹੋ ਗਈ ਏ ਪਹਿਲਾਂ ਖੂਹ ਬੰਦ ਹੋ ਗਿਆ ਏ ਫਿਰ ਹੋਟਲਾਂ ਨੇ ਮੈਰੀਆਂ ਦਾ ਕੰਮ ਬੰਦ ਕਰਵਾ ਦਿੱਤਾ ਮੁੰਡਾ ਹੋਟਲ 'ਚ ਹੀ ਨੌਕਰ ਹੋ ਗਿਆ ਹੁਣ ਚੰਡੀਗੜ੍ਹ ਰਹਿੰਦਾ ਏ ਪੰਤੋਂ ਉੱਥੇ ਨਹੀਂ ਉੱਥੇ ਗਈ ਨਹੀਂ ਸ਼ਾਇਦ ਗਈ ਸੀ ਪਰ ਆ ਗਈ ਏ ਉਹਦਾ ਦਿਲ ਨਹੀਂ ਲੱਗਾ ਉੱਥੇ ਉਹ ਆਪਣੇ ਪਿੰਡ ਵਾਲੇ ਕੱਚੇ ਕੋਠੇ 'ਚ ਹੀ ਰਹਿੰਦੀ ਸੀ ਅੱਧ ਕਮਲੀ ਜਿਹੀ ਕਦੀ ਕਦੀ ਭੱਠੀ ਤਾ ਬਹਿੰਦੀ ਦਾਣੇ ਬਣਾਉਣ ਕੋਈ ਆਉਂਦਾ ਹੀ ਨਾ ਲੋਕ ਹੱਸਦੇ ਉਹ ਫੇਰ ਵੀ ਬਾਲਣ ਝੋਕੀ ਜਾਂਦੀ ਭੱਠੀ ਹੇਠ ਕਈ ਵਾਰ ਕੜਾਹੀ 'ਚ ਕੁਝ ਮਾਰ ਰਹੀ ਹੁੰਦੀ ਜਿਵੇਂ ਛੋਲਿਆਂ ਦੀਆਂ ਖਿੱਲਾਂ ਕੱਢ ਰਹੀ ਹੋਵੇ ਹਾਂ ਵੇ ਲੱਛੂ ਆਹ ਵੇਖ ਮੱਕੀ ਕਿੰਨੀ ਖਿੜੀ ਏ ਉਹ ਰੇਤ ਛਾਣੀ ਜਾਂਦੀ ਤਾਈ ਲਿਆ ਦਾਣੇ 'ਤੇ ਚਬਾ ਲੰਘਦੇ ਆਉਂਦੇ ਭਾਂਤੋਂ ਨੂੰ ਮਖੌਲ ਕਰਦੇ ਟਿਸ਼ਕਰਾਂ ਕਰਦੇ ਉਹਦਾ ਘਰ ਵਾਲਾ ਲੱਛੂ ਮੇਰਾ ਬੱਕਰੀਆਂ ਦਾ ਇੱਜੜ ਸੀ ਉਹਦਾ ਪਹਿਲਾਂ ਪਿੰਡ ਦਾ ਪਾਣੀ ਭਰਦਾ ਖੂਹ ਤੋਂ ਫਿਰ ਇੱਜੜ ਛੇੜ ਲੈਂਦਾ ਬੱਕਰੀਆਂ ਮੁਰਕ ਮੁਰਕ ਕਿੱਕਰਾਂ ਦੀ ਲੌਂਗ ਚਰਦੀਆਂ ਲੱਛੂ ਮਾਤਾ ਦੀਆਂ ਭੇਂਟਾਂ ਛੋਹ ਲੈਂਦਾ ਅਤੇ ਫਿਰ ਬੇਗੋ ਨਾਰ ਕੋਈ ਡੱਕਣ ਵਾਲਾ ਹੁੰਦਾ ਨਾ ਹੋੜਨ ਵਾਲਾ ਪਿੰਡ ਦੀ ਸਾਂਝੀ ਭੌਂ ਸ਼ਾਮ ਲਾਟ ਕਈ ਮੱਝਾਂ ਦੇ ਛੇੜੂ ਵੀ ਉੱਥੇ ਆ ਜਾਂਦੇ ਕਿੱਕਰਾਂ ਹੇਠ ਲੰਮਾ ਲੰਮਾ ਘਾਹ ਮੱਝਾਂ ਚਰਦੀਆਂ ਮੁੰਡੇ ਬਿੰਦ ਬਿੰਦ ਕੇ ਘੋਲ ਕਰਦੇ ਕੌਡੀ ਖੇਡਦੇ ਇੱਕ ਦੋ ਜਾਣੇ ਵਾਰੀ ਨਾਲ ਸਾਰੀਆਂ ਮੱਝਾਂ ਸੰਭਾਲ ਲੈਂਦੇ ਕਿਉਂ ਤਾਏ ਬੁੜਾ ਹੋ ਗਿਆ ਲਾਲਣਾ ਗਏ ਮਿਰਜਾ ਗਾਉਂਦੇ ਨੂੰ ਮੁੰਡੇ ਟਾਂਚ ਕਰਦੇ ਪਰ ਜਦ ਉਹ ਦੇਵੀ ਦੀਆਂ ਭੇਂਟਾਂ ਗਾਉਂਦਾ ਤਾਂ ਗਾਉਂਦਾ ਗਾਉਂਦਾ ਸ਼ੁਦਾਈ ਹੋ ਜਾਂਦਾ ਵਾਜਦ 'ਚ ਨੱਚਦਾ ਲੱਗਦਾ ਦੁਲੱਤੀਆਂ ਮਾਰਨ ਲੱਗਦਾ ਓਏ ਬੌਂਗਿਓ ਆ ਤੇਰੀਆਂ ਸਾਲੀਆਂ ਨਾਲ ਦੀ ਪੈਲੀ ਵਿਚਲਾ ਜੱਟ ਉਸਦੀਆਂ ਬੱਕਰੀਆਂ ਨੂੰ ਧਰੇ ਧਰੇ ਕੁੜਦਾ ਇੱਜੜ ਲਈ ਆਉਂਦਾ ਲੱਛੂ ਵੇਖਦਾ ਡੈਂਬਰਿਆਂ ਜਿਹਾ ਬੱਕਰੀਆਂ ਮਿਆਂ ਮਿਆਂ ਕਰਦੀਆਂ ਉਹਦੇ ਦੁਆਲੇ ਇਕੱਠੀਆਂ ਹੋਣ ਲੱਗਦੀਆਂ ਇੱਕ ਇੱਕ ਦੇ ਮੂੰਹ 'ਤੇ ਉਹ ਹੱਥ ਫੇਰਦਾ ਸਹਿਲਾਉਂਦਾ ਪਿਆਰ ਕਰਦਾ ਵੇਖਦਾ ਕਿਸੇ ਦੀ ਲੱਤ ਵੱਡੀ ਹੁੰਦੀ ਕਿਸੇ ਦੇ ਪਿੰਡੇ 'ਤੇ ਟੱਕ ਲੱਗਿਆ ਹੁੰਦਾ ਉਹਦੇ ਅੱਥਰੂ ਆ ਜਾਂਦੇ ਘਰ ਜਾਂਦਾ ਤਾਂ ਭਾਂਤੋਂ ਬੱਕਰੀਆਂ ਗਿਣਦੀ ਇੱਕ ਬੱਕਰੀ ਜਾਂ ਲੇਲਾ ਗੁੰਮ ਹੋਇਆ ਹੁੰਦਾ ਮੁੜ ਮੁੜ ਗਿਣਦੇ ਫਿਰ ਭੁੱਲ ਜਾਂਦੇ ਆਪੋ 'ਚ ਲੜ ਪੈਂਦੇ ਉਹ ਭਾਂਤੋਂ ਨੂੰ ਕੁੱਟਦਾ ਮਾਰਦਾ ਉਹਦੀ ਗੁੱਤ ਪੁੱਟਦਾ ਘਰ 'ਚ ਕੋਹਰਾਮ ਮੱਚ ਜਾਂਦਾ ਤੇਰਾ ਕੱਖ ਨਾ ਰਹੇ ਵੇ ਗੇਲੂ ਵੇ ਤੈਨੂੰ ਆਵੇ ਢਾਈ ਘੜਿਆਂ ਦੀ ਵੇ ਮੇਰੀ ਬੱਕਰੀ ਚਰਾਉਣ ਵਾਲਿਆ ਸੁਣ ਲੈ ਵੇ ਪਿੰਡ ਅੱਜ ਚਰਾਈ ਇਹਨੇ ਮੇਰੀ ਬੱਕਰੀ ਕੱਲ੍ਹ ਨੂੰ ਮੇਰੀ ਕੁੜੀ ਨੂੰ ਹੱਥ ਪਾਊ ਮੈਂ ਟੋਟੇ ਨਾ ਕਰ ਦਿੱਤੇ ਤਾਂ ਬਣਿਆ ਫਿਰਦਾ ਏ ਕੁੱਤਾ ਜੱਟ ਪੰਤੋਂ ਹੱਥ ਵਿੱਚ ਬੱਕਰੀਆਂ ਵਾਲਾ ਡਾਂਗਾ ਲਈ ਗੇਲੂ ਦੀ ਆਹੀ ਤਾਈ ਫੇਰੀ ਜਾਂਦੀ ਵੱਢ ਦਊ ਕਿੱਕਰੀ ਦੀ ਲੌਂਗ ਵਾਂਗੂ ਗਾਲਾਂ ਕੱਢਦੀ ਉਹ ਦੌੜਨ ਲੱਗਦੀ ਲੱਛੂ ਮਗਰੇ ਦੌੜਨ ਲੱਗਦਾ ਉਹ ਭਾਂਤੂ ਦੇ ਮਗਰ ਦੌੜਦਾ ਗੰਦ ਬਾਕਦਾ ਭਾਂਤੋਂ ਹੋਰ ਅੱਗੇ ਦੌੜ ਜਾਂਦੀ ਰਾਤੀ ਗੇਲੂ ਦੇ ਘਰ ਮਾਸ ਰਿੱਝਦਾ ਪਤੀਲਾ ਗੜਕਦਾ ਤੜਕੇ ਦੀ ਖੁਸ਼ਬੂ ਅੱਧੇ ਪਿੰਡ ਵਿੱਚ ਫੈਲ ਜਾਂਦੀ ਕਈ ਘਰੀ ਮਾਸ ਦੇ ਕੌਲੇ ਵਰਤਦੇ ਸ਼ਰਾਬ ਪੀ ਗੇਲੂ ਭਾਂਤੋਂ ਦੇ ਘਰ ਵੱਲ ਭੱਜ ਲੈਂਦਾ ਤੇਰੀ ਓਏ ਮੈਂ ਤੇਰੀ ਧੀ ਦੀ ਉਹ ਗੰਦੀਆਂ ਗਾਲਾਂ ਕੱਢਦਾ ਉਹਦੀ ਧੀ ਨੂੰ ਚੁੱਕਣ ਦੇ ਡਰਾਵੇ ਦਿੰਦਾ ਭਾਂਤੋਂ ਵੱਢ ਵੱਢ ਉਹਨੂੰ ਪੈਂਦੀ ਲੱਛੂ ਉਹਨੂੰ ਗੁੱਤੋਂ ਫੜ ਘੜੀਸ ਅੰਦਰ ਡੱਕ ਦਿੰਦਾ ਸਵੇਰੇ ਘਰ ਜਾ ਕੇ ਲੱਛੂ ਪਿੱਟਦਾ ਜਜਮਾਨ ਦੇ ਅੱਗੇ ਲਿਲਕੜੀਆਂ ਕੱਢਦਾ ਰੋਂਦਾ ਪੰਚਾਇਤ ਜੁੜਦੀ ਨਹੀਂ ਇੰਜ ਤਾਂ ਗਰੀਬ ਦਾ ਗਲ ਵੱਢਣ ਵਾਲੀ ਗੱਲ ਹੋਈ ਗੇਲੂ ਦਾ ਕੋਈ ਸ਼ਰੀਕ ਲੱਛੂ ਲਈ ਹਾਹ ਦਾ ਨਾਰਾ ਮਾਰਦਾ ਮਾਈ ਬਾਪ ਆ ਤੇ ਹੋਈ ਹੱਕ ਦੀ ਗੱਲ ਮੋਤੀਆਂ ਲਿਓ ਇਹਦੀਆਂ ਬੱਕਰੀਆਂ ਮੇਰੀ ਤੋਰੀਆਂ ਦਾ ਖੇਤ ਉਜਾੜ ਗਈਆਂ ਮੈਂ ਹਰਜਾਨਾ ਲਵਾਂਗਾ ਗੇਲੂ ਪਾਸਾ ਸੁੱਟਦਾ ਹਾਂ ਬਈ ਮਾਤਾ ਦਾ ਭਗਤੇ ਜਦ ਭੇਟਾ ਗਾਉਂਦੇ ਨੂੰ ਹਲ ਚੜ੍ਹ ਜਾਂਦਾ ਏ ਤਾਂ ਇਹਨੂੰ ਹੋਸ਼ ਨਹੀਂ ਰਹਿੰਦੀ
ਇਹ ਤਾਂ ਮੰਨਿਆ ਆਪਣਾ ਲੱਛੂ ਭਗਤ ਤਾਂ ਪੂਰਾ ਏ, ਪਰਸੋਂ ਜਗਰਾਤੇ 'ਤੇ ਦੇਖਿਆ ਮੈਂ ਤਾਂ ਬਸ ਪੁੱਠਾ ਹੋ ਨੱਚਿਆ, ਸਾਰੇ ਹੱਸ ਪਏ ਸਨ। ਹਾਂ ਬਈ ਲੱਛੂ, ਆਪਣੀਆਂ ਬੱਕਰੀਆਂ ਸਾਂਭ ਕੇ ਰੱਖਿਆ ਕਰ, ਸਰਪੰਚ ਤਨਬੀਹ ਕਰਦਾ। ਲੱਛੂ ਨੂੰ ਮੁਸਕਰੀਆਂ ਕਰਦੀ ਪੰਚਾਇਤ ਨਿਖੜ ਜਾਂਦੀ। ਲੱਛੂ ਹਰ ਵਿਆਹ 'ਤੇ ਬੱਕਰੇ ਵੜਦਾ, ਮੀਟ ਬੜੀ ਰੀਝ ਨਾਲ ਬਣਾਉਂਦਾ, ਮੇਲੀ ਗੇਲੀ ਸਭ ਉਂਗਲੀਆਂ ਚੜ੍ਹਦੇ ਰਹਿ ਜਾਂਦੇ। ਕਈ ਪਿੰਡਾਂ 'ਚ ਉਹਦੇ ਮਹਾਂਪ੍ਰਸ਼ਾਦ ਦੀ ਧੁੰਮ ਮੱਚੀ ਹੋਈ ਸੀ, ਪਰ ਹੌਲੀ ਹੌਲੀ ਸ਼ਹਿਰ ਵਿਚਲੇ ਹੋਟਲਾਂ ਨੇ ਉਹਦਾ ਧੰਦਾ ਵੀ ਠੱਪ ਕਰ ਦਿੱਤਾ ਸੀ। ਲੱਛੂ ਦੀਆਂ ਬੱਕਰੀਆਂ ਹੌਲੀ ਹੌਲੀ ਗੁਆਚਦੀਆਂ ਹੋਈਆਂ ਸਾਰੀਆਂ ਹੀ ਗੁਆਚ ਗਈਆਂ ਸਨ। ਫਿਰ ਇੱਕ ਰਾਤ ਉਹਨੇ ਆਪਣੇ ਆਪ ਨੂੰ ਅੱਧੀ ਰਾਤੀ ਸਾਹਮਣੇ ਕਿੱਕਰ ਦੇ ਟਾਹਣੇ 'ਤੇ ਟਾਂਗ ਕੇ ਫਾਹਾ ਲੈ ਲਿਆ ਸੀ। ਹਈ ਸ਼ਾਵਾ, ਜ਼ਰਾ ਜ਼ੋਰ ਨਾਲ ਠੇਕੇਦਾਰ ਨੇ ਮਜ਼ਦੂਰਾਂ ਨੂੰ ਹੱਲਾ ਸ਼ੇਰੀ ਦਿੱਤੀ ਏ। ਸ਼ਾਬਾ ਵੱਡੋ ਬਈ ਕਿੱਕਰਾਂ, ਆਹ ਇੱਕ ਦੋ ਹੀ ਤਾਂ ਰਹਿ ਗਈਆਂ ਨੇ। ਨਿੱਕੇ ਨਿੱਕੇ ਫਰਤੀਲੇ ਜਾਨਵਰ ਚੀਂ ਚੀਂ ਕਰਦੇ ਹਵਾ 'ਚ ਉਲਟਬਾਜ਼ੀਆਂ ਲਾ ਰਹੇ ਸਨ। ਕਿੱਕਰਾਂ ਦੁਆਲੇ ਮੰਡਰਾ ਆ ਰਹੇ ਜਿਨ੍ਹਾਂ ਨਾਲ ਉਹਨਾਂ ਦੇ ਆਲ੍ਹਣੇ ਟੰਗੇ ਹੋਏ ਨੇ, ਵਿੱਚ ਵਿੱਚ ਨੰਨੇ ਬੋਟ ਨੇ। ਸਰਦਾਰ ਜੀ, ਤਰਸ ਜਿਹਾ ਆਉਂਦਾ ਇਹਨਾਂ ਬੱਚੜਿਆਂ 'ਤੇ, ਸ਼ੇਰੂ ਨੇ ਕੁਹਾੜਾ ਰੋਕਦਿਆਂ ਕਿਹਾ। ਠੇਕੇਦਾਰ ਸੁਣੀਆਂ ਅਣਸੁਣੀ ਕਰਕੇ ਪਰਾਂ ਚਲਾ ਗਿਆ ਹੈ, ਤੱਤ ਇਹੋ ਜਿਹੀ ਨੌਕਰੀ 'ਤੇ ਜਮਾਂ ਜੀ ਮਰ ਗਿਆ ਏ, ਕਿਹੜੇ ਯੁੱਗ ਭਲਾ ਹੋਊ। ਕਰਤਾਰੇ ਨੇ ਮੱਥੇ 'ਤੇ ਆਇਆ ਮੁੜਕਾ ਪੂੰਝਿਆ, ਆਹ ਦੇਖ ਬਿਜੜੇ ਰੋਂਦੇ, ਹੇ ਵਾਖਰੂ ਕਿਹੜੇ ਕੰਮ ਲਾਇਆ ਏ। ਸ਼ਾਮ ਲਾਟ ਦੀਆਂ ਵੱਡੀਆਂ ਪਈਆਂ ਕਿੱਕਰਾਂ 'ਚ ਢੱਠੇ ਪਏ ਆਲ੍ਹਣੇ ਮਿੱਧੇ ਚਿੱਧੇ ਜਿਹੇ ਬੂਟ, ਵਿੱਚ ਆਂਡੇ ਟੁੱਟੇ ਹੋਏ, ਉੱਪਰ ਬਿਜੜਿਆਂ ਦੀ ਚੀਚਹਾਟ। ਬਈ ਗਦਰੀ ਏ ਨਿਰਾ, ਮੱਝਾਂ ਲਈ ਘਾਹ ਲੈਣ ਆਈਆਂ ਤੀਵੀਆਂ ਵਿਚਾਰੀਆਂ ਜਿਹੀਆਂ ਹੋ ਕੇ ਖਲੋ ਗਈਆਂ ਨੇ। ਬਾਬਾ ਲੱਖਾ ਅਤੇ ਚੇਤੂ ਦੋਵੇਂ ਆਪਣੀਆਂ ਸੋਟੀਆਂ ਟੇਕਦੇ ਇਸ ਉੱਜੜੀ ਵੱਡੀ ਸ਼ਾਮ ਲਾਟ ਵੱਲ ਵੇਖਦੇ ਕੁੱਬੇ ਜਿਹੇ ਤੁਰਦੇ ਢੱਠੇ ਪਿੰਡ ਵੱਲ ਹੋ ਗਏ ਨੇ। ਨਿੱਕੇ ਨਿਆਣੇ ਬਿਜੜਿਆਂ ਦੇ ਆਲ੍ਹਣੇ ਇਕੱਠੇ ਕਰ ਰਹੇ ਨੇ। ਭਾਂਤੋ ਮੇਰੀ ਫੇਰ ਆ ਗਈ ਏ, ਉਹ ਆਈ ਹੀ ਰਹਿੰਦੀ ਏ, ਉਹ ਕਿਤੇ ਵੀ ਨਹੀਂ ਜਾਂਦੀ। ਹਾਏ ਵੇ ਰੱਬਾ, ਇਹਨਾਂ ਦਾ ਰਹੇ ਕੱਖ ਨਾ ਵੇ। ਉਹ ਟੁੱਟੇ ਆਲ੍ਹਣਿਆਂ 'ਤੇ ਵੱਡੀਆਂ ਕਿੱਕਰਾਂ ਕੋਲ ਬਹਿ ਜਿਵੇਂ ਵੈਣ ਪਾਉਣ ਲੱਗ ਪਈ ਏ। ਮਖਾ ਤਾਰੇ ਹੁਣੀ ਤਾਂ ਟਰੱਕ ਲੈ ਆਏ ਨੇ, ਕਿਸੇ ਭੱਜੇ ਆਉਂਦੇ ਨੇ ਖਬਰ ਦਿੱਤੀ ਏ। ਕਾਲੂ ਗੋਲੂ ਅਤੇ ਮੰਨਾ ਸਭ ਭੱਜ ਭੱਜ ਕੇ ਚੀਜ਼ਾਂ ਟਰੱਕ 'ਚ ਰੱਖ ਰਹੇ ਹਨ। ਪਿੰਡ ਦੇ ਕੁਝ ਲੋਕ ਉਹਨਾਂ ਕੋਲ ਖੜ੍ਹੇ ਹਨ, ਜ਼ਮੀਨ ਦੀਆਂ ਗੱਲਾਂ ਕਰ ਰਹੇ ਹਨ, ਭਾਅ ਪੁੱਛ ਰਹੇ ਹਨ। ਟਰੱਕ ਤੁਰਨ 'ਤੇ ਉਹ ਸਾਰੇ ਉਦਾਸ ਹੋ ਗਏ ਹਨ, ਕਈਆਂ ਦੀਆਂ ਅੱਖਾਂ ਵੀ ਛਲਕ ਆਈਆਂ ਹਨ। ਪਿੰਦਾ, ਮਹਿਣਾ ਅਤੇ ਬਿੱਲੂ ਦੂਰੋਂ ਹੱਫੇ ਆ ਰਹੇ ਨੇ। ਅਖੇ ਸਟੇਟ ਆਫਿਸ ਵਾਲਿਆਂ ਨੇ ਮੱਝਾਂ ਡੱਕ ਲਈਆਂ ਨੇ, ਮਾਰ ਮਾਰ ਕੇ ਮੱਝਾਂ ਦੇ ਲੇਵੇ ਭੰਨ ਦਿੱਤੇ। ਅੜਾਂ ਅੜਾਂ ਕਰਦੀਆਂ ਮੱਝਾਂ ਪਿਛਾਂ ਨੂੰ ਭੱਜਦੀਆਂ, ਉਹਨਾਂ ਡਾਂਗਾ ਮਾਰ ਮਾਰ ਕੇ ਉਹਨਾਂ ਦੇ ਖੁੰਨੇ ਭੰਨ ਦਿੱਤੇ। ਕੋਈ 70-80 ਮੱਝਾਂ ਉਹ ਵਲ ਕੇ ਲੈ ਗਏ ਨੇ। ਆਹ ਵੇਖੋ ਜੰਗੀ ਦੇ ਸੱਟਾਂ ਲੱਗੀਆਂ, ਆਹ ਚੋਰੇ ਦੀ ਬਾਂਹ ਮਰੋੜ ਦਿੱਤੀ, ਗੇਲੂ ਦੇ ਸਿਰ 'ਚ ਡਾਂਗ ਵੱਜੀ ਏ ਹਸਪਤਾਲ 'ਚ। ਅਸੀਂ ਤਾਂ ਖਬਰ ਦੇਣ ਆਏ ਹਾਂ ਕਿ ਮਰ ਨਾ ਜਾਏ, ਗੇਲੂ ਦੀ ਘਰਵਾਲੀ ਰੋਂਦੀ ਪਿੜਦੀ ਭੱਜੀ ਜਾ ਰਹੀ ਏ। ਬੁੱਢੇ ਮਾਂ ਬਾਪ ਡੰਗੋਰੀਆਂ ਟੇਕਦੇ ਪਤਾ ਨਹੀਂ ਕਿੱਧਰ ਨੂੰ ਹੋ ਤੁਰੇ ਨੇ, ਕਹਿੰਦੇ ਹੁਣ ਜੁਰਮਾਨਾ ਮੰਗਦੇ ਪਏ ਨੇ ਸਟੇਟ ਆਫਿਸ ਵਾਲੇ। ਭੁੱਖੀਆਂ ਪਾਣੀਆਂ ਮੱਝਾਂ ਤਿਹਾਈਆਂ ਹੀ ਮਰ ਜਾਣਗੀਆਂ, ਦੁੱਧੋਂ ਸੁੱਕ ਜਾਣਗੀਆਂ। ਮੁੜਕੋ ਮੁੜਕੀ ਹੋਏ ਭੱਜਦੇ ਨੜਦੇ, ਛੇਤੀ ਛੇਤੀ ਕੋਈ ਟੂਮ ਛੱਲਾ ਧਰਮੂ ਬਾਣੀਏ ਕੋਲ ਮੂੰਹ ਮੰਗੇ ਸੂਦ 'ਤੇ ਰਕਮ ਲੈ ਸਟੇਟ ਆਫਿਸ ਵੱਲ ਹੋ ਗਏ ਨੇ। ਉਹਨਾਂ ਦੀ ਸਮਝ 'ਚ ਨਹੀਂ ਆਉਂਦਾ ਪਈ ਉਹ ਆਪਣੀ ਭੋਏ 'ਚ ਪਸ਼ੂ ਕਿਉਂ ਨਹੀਂ ਛੱਡ ਸਕਦੇ। ਹਾਲੀ ਖਾਲੀ ਪਈ ਏ, ਐਵੇਂ 2-4 ਕੋਠੀਆਂ ਹੀ ਤਾਂ ਪਾਈਆਂ ਨੇ। ਆਹ ਦੇਖ ਲਓ ਗੇਲੂ, ਲੱਛੂ ਦੀ ਬੱਕਰੀ ਖਾ ਗਿਆ ਸੀ, ਹੁਣ ਬੇਗਾਨੇ ਪੁੱਤਰਾਂ ਵਾਵ ਰੋਲੇ ਜਿਹੇ ਦਾ ਬੁੱਲਾ ਮਲਬੇ ਤੋਂ ਦੀ ਘੁੰਮਦਾ ਜਿਹਾ ਪੱਕੀ ਸੜਕ ਪਾਰ ਕਰ ਗਿਆ ਏ। ਜੰਗਲੀ ਮੁਰਗੇ ਦੇ ਗਹਿਰੇ ਚਮਕੀਲੇ ਖੰਭ ਸੜਕ ਤੋਂ ਉੱਡ ਕੇ ਦੂਰ ਦੂਰ ਤੱਕ ਫੈਲ ਗਏ ਨੇ। ਉਹ ਨਿੰਮ ਰਹਿ ਗਈ ਵੱਢਣ ਵਾਲੀ, ਠੇਕੇਦਾਰ ਨੇ ਮਜ਼ਦੂਰਾਂ ਨੂੰ ਕਿਹਾ ਏ, ਚਲੋ ਬਈ ਚਲੋ। ਹਾਂਜੀ, ਸੂਤ ਲਓ ਕੁਹਾੜੇ ਫੇਰ, ਚੱਲ ਬਈ ਪੜਪੋਤਿਆਂ ਜ਼ਰਾ ਵੱਢ ਖਾਂ ਆਪਣੀ ਜੱਦੀ ਪੁਸ਼ਤੀ ਨਿੰਮ। ਸ਼ੀਸ਼ੂ ਨੇ ਕਰਤਾਰੇ ਨੂੰ ਟਾਂਚ ਕੀਤੀ ਏ, ਬੜੀ ਮੋਟੀ ਏ ਬਈ, ਕੁਝ ਨਹੀਂ ਰਹਿਣਾ ਇੱਥੇ ਸਾਹਿਬ ਤਾਂ। ਕਸ਼ਮੀਰਾ ਠਾਹ ਠਾਹ ਹੱਸਿਆ ਏ, ਚਲੋ ਬਈ ਛੇਤੀ ਕਰੋ, ਠੇਕੇਦਾਰ ਨੇ ਕਾਲ ਚਾੜ੍ਹੀ ਏ, ਮਜ਼ਦੂਰਾਂ ਨੇ ਕੁਹਾੜੇ ਸੂਤ ਲਏ ਨੇ। ਆਪਣੀਆਂ ਤਲੀਆਂ 'ਤੇ ਥੁੱਕਦਾ ਵੱਟ ਖਾ ਕੇ ਕਰਤਾਰਾ ਨਿੰਮ 'ਤੇ ਵਾਰ 'ਤੇ ਵਾਰ ਕਰੀ ਜਾ ਰਿਹਾ ਏ। ਅੰਨਾ ਜ਼ੋਰ ਆ ਗਿਆ ਏ,
ਉਹਦੇ 'ਚ ਫਿੰਜੜ ਫਿੰਜੜ ਨਿੰਮ ਟੁੱਕੀ ਜਾ ਰਹੀ ਏ। ਮਨਜੂਰ ਛੁੱਟੀ ਕਰਕੇ ਚਲੇ ਗਏ ਨੇ। ਨਿੱਕੇ ਨਿਆਣੇ ਵੱਡੀ ਹੋਈ ਨਿੰਮ ਵੱਲ ਵੇਖ ਚੁੱਪ ਜਿਹੇ ਹੋ ਗਏ ਨੇ। ਫਿਰ ਨਿੱਕੇ ਨਿੱਕੇ ਨਿੰਮ ਦੇ ਬੂਟੇ ਜੋ ਨਿੰਮ ਥੱਲੇ ਆਪ ਉੱਗ ਪਏ ਸਨ ਗੱਚਣ ਲੱਗ ਪਏ ਨੇ। ਬੀਬੀ ਆਹ ਵੇਖ ਨਿੰਮ ਦੇ ਬੂਟੇ ਕਿੱਥੇ ਲਾਈਏ, ਪ੍ਰੀਤੂ ਮਾਂ ਕੋਲੋਂ ਪੁੱਛ ਰਿਹਾ ਏ। ਹਾਏ ਹਾਏ, ਆਪਣਾ ਤਾਂ ਵਿਹੜਾ ਹੀ ਹੈ ਨਹੀਂ, ਪ੍ਰੀਤੂ ਇਹ ਸੋਚ ਕੇ ਹੈਰਾਨ ਜਿਹਾ ਰਹਿ ਗਿਆ ਏ। ਅਮਰੂ ਦੀ ਬੁੜੀ ਆਪਣੇ ਘਰ ਦੇ ਉਤਲੇ ਮਲਬੇ 'ਤੇ ਬੈਠੀ ਵੈਣ ਪਾ ਰਹੀ ਏ। ਪਰਾਂ ਕੁੱਤਾ ਰੋ ਰਿਹਾ ਏ। ਇੱਕ ਕੁੱਤੀ ਦੇ ਕਤੂਰੇ ਮਲਬੇ ਹੇਠ ਦੱਬ ਕੇ ਮਰ ਗਏ ਹਨ। ਹੁਣ ਤਾਂ ਕੁੱਤੇ ਉਹਨਾਂ ਨੂੰ ਧਰੂਈ ਫਿਰਦੇ ਹਨ। ਅਸਮਾਨ 'ਚ ਗਿਰਜਾਂ ਫਿਰ ਰਹੀਆਂ ਹਨ। ਇੱਕ ਚੂਹਾ ਟੱਪ ਕੇ ਮਲਬੇ ਹੇਠ ਛੁਪ ਗਿਆ ਏ। ਗੇਲੂ ਦੀ ਦਾਦੀ ਵੀ ਅਮਰੂ ਦੀ ਬੁੜੀ ਕੋਲ ਆ ਬੈਠੀ ਏ। ਦੋਵਾਂ ਸਲਾਰੀਆਂ ਨਾਲ ਮੱਥੇ ਢੱਕੀ ਰੂਣੀ ਜਿਹੀ ਆਵਾਜ਼ ਵਿੱਚ ਕੁਝ ਬੁੜਬੁੜਾ ਕਰੀ ਜਾ ਰਹੀਆਂ ਹਨ। ਰਾਤ ਖਬਰੇ ਕਿਸੇ ਪੱਕੀ ਖਾਧੀ ਵੀ ਨਹੀਂ। ਤੀਵੀਆਂ ਅਣਜਾਣੇ ਸਭ ਆਪੋ ਆਪਣੇ ਘਰਾਂ ਦੇ ਮਲਬਿਆਂ 'ਚ ਕੁਝ ਲੱਭ ਰਹੇ ਹਨ। ਕੋਈ ਨਿੱਕੀ ਜਿਹੀ ਚੀਜ਼ ਲੱਭਣ 'ਤੇ ਵੀ ਅਣਜਾਣੇ ਭੱਜ ਕੇ ਮਾਵਾਂ ਕੋਲ ਪਹੁੰਚ ਕੇ ਖੁਸ਼ੀ ਖੁਸ਼ੀ ਉਹ ਚੀਜ਼ ਵਿਖਾਉਂਦੇ ਹਨ। ਰਾਤੋ ਰਾਤ ਪਿੰਡ ਦੀ ਫਿਰਨੀ ਦੁਆਲੇ ਟੈਂਟ ਉੱਗ ਗਏ ਹਨ। ਟੁੱਟੇ ਭੱਜੇ ਹਾਰਿਆਂ ਨੂੰ ਜੋੜ ਕੇ ਗੋਹੇ ਤੁਖਾ ਤੀਵੀਆਂ ਨੇ ਵਲਟੋਇਆਂ 'ਚ ਦਾਲਾਂ ਰੱਖ ਦਿੱਤੀਆਂ ਹਨ। ਕੋਲ ਬੈਠੇ ਉਦਾਸ ਮਰਦ ਬਾਟੀਆਂ 'ਚ ਗਰਮ ਗਰਮ ਚਾਹ ਛੜਕਾ ਰਹੇ ਹਨ। ਨਿਆਣਿਆਂ ਨੇ ਇੱਕ ਵਾਰਾ ਕੁੱਤਾ ਫੜ ਲਿਆਂਦਾ ਏ, ਉਹਦੀ ਪੂਛ ਨਾਲ ਇੱਕ ਟੁੱਟਿਆ ਹੋਇਆ ਪੀਪਾ ਬੰਨ੍ਹ ਦਿੱਤਾ ਏ। ਪਿੰਡ ਦੇ ਕੁਝ ਲੋਕ ਹਸਪਤਾਲ ਗੇਲੂ ਦਾ ਪਤਾ ਲੈਣ ਗਏ ਹਨ, ਹੁਣ ਮੁੜੇ ਹਨ, ਚੁੱਪ ਅਤੇ ਉਦਾਸ ਹਨ। ਦੇਖ ਲਓ, ਕਈ ਦਿਨਾਂ ਤੋਂ ਕੁੱਤੇ ਰੋਂਦੇ ਹਨ ਸਾਧ ਦੀ ਟਿੱਬੀ 'ਤੇ। ਅੰਬੋ, ਕਾਰੋ, ਪੀਬੋ ਅਤੇ ਬਾਂਤੀ ਮਲਬੇ 'ਤੇ ਬੈਠੀਆਂ ਹੌਂਕੇ ਜਿਹੇ ਭਰਦੀਆਂ ਆਪੋ 'ਚ ਗੱਲਾਂ ਕਰ ਰਹੀਆਂ ਹਨ। ਇੱਕ ਦਿਨ ਮੈਂ ਅੱਧੀ ਰਾਤ ਜਾਗੀ, ਫਰਵਾਹੀ ਅਤੇ ਉੱਲੂ ਪਿਆ ਬੋਲੇ। ਇਹ ਸ਼ਹਿ ਤਾਂ ਉਜਾੜ ਭਾਲਦੀਆਂ ਨੇ ਭਾਈ, ਜੀਤੋ ਅਤੇ ਰਾਣੋ ਕਿਤੋਂ ਬਿੱਲੀ ਦੇ ਬਲੂੰਗੜੇ ਲੈ ਆਈਆਂ, ਹਾਲੀ ਅੱਖਾਂ ਵੀ ਨਹੀਂ ਖੁੱਲ੍ਹੀਆਂ ਉਹਨਾਂ ਦੀਆਂ। ਲਓ ਆਹ ਕਿੱਥੋਂ ਲੈ ਆਈਆਂ, ਇਹਨਾਂ ਦੀ ਮਾਂ ਮਰ ਗਈ ਏ ਵਿਚਾਰੀ। ਹਾਏ, ਮੈਂ ਮਰ ਗਈ, ਭਾਂਤੀ ਦਾ ਮੂੰਹ ਤਰਸ ਨਾਲ ਮੋਮ ਜਿਹਾ ਹੋ ਗਿਆ। ਰਾਣੂ ਆਪਣੀ ਮਾਂ ਕੋਲ ਕੌਲੀ 'ਚ ਦੁੱਧ ਪਵਾ ਕੇ ਲਿਆਈਏ, ਹੁਣ ਰੂੰ ਦੇ ਫੰਬੇ ਨਾਲ ਬਲੂੰਗੜੀਆਂ ਦੇ ਮੂੰਹ 'ਚ ਦੁੱਧ ਚੋ ਰਹੀ ਏ। ਮੁੰਡਾ ਖੋਤੇ ਨੂੰ ਸੋਟੀ ਮਾਰ ਮਾਰ ਦੌੜਾ ਰਹੇ ਨੇ, ਪੀਪਾ ਖੜ ਖੜ ਵੱਜ ਰਿਹਾ ਏ, ਮੁੰਡੇ ਹਿੜ ਹਿੜ ਹੱਸ ਰਹੇ ਨੇ। ਨੀਂ ਵੇਖ, ਜਿਵੇਂ ਵਿਆਹ ਰਚਿਆ ਹੋਵੇ, ਨੀਂ ਉਹ ਦੇਖ ਲਾ ਸਾਡੇ ਵਾਲਾ ਕਾਲੂ ਕਿਵੇਂ ਭੱਜਿਆ ਫਿਰਦਾ, ਪਰਸੋਂ ਦਾ ਸਕੂਲ ਕਿਹੜਾ ਗਏ ਨੇ। ਹੈਂ, ਉਹ ਵੇਖੋ, ਕਾਲੂ ਖੋਤੇ 'ਤੇ ਚੜਾ ਬੈਠਾ ਏ। ਨੀਂ ਪੂਛਲ ਵੱਲ ਮੂੰਹ ਕਰਕੇ, ਫਿੱਟੇ ਮੂੰਹ ਤੁਹਾਡੇ, ਸਾਰੀਆਂ ਠਾਹ ਠਾਹ ਹੱਸ ਪਈਆਂ ਨੇ। ਵੇ ਮੂੰਹ ਵੀ ਕਾਲਾ ਕਰ ਦਿਓ ਵੇ ਇਹਦਾ, ਅੰਬੋ ਨੇ ਉੱਚੀ ਦੇਣੀ ਕਿਹਾ ਏ। ਚਾਹ ਪੀਂਦੇ ਬੰਦਿਆਂ ਦੇ ਹੱਥੋਂ ਚਾਹ ਵਾਲੀਆਂ ਬਾਟੀਆਂ ਛੁੱਟ ਗਈਆਂ ਨੇ। ਤੀਵੀਆਂ ਹੱਸ ਹੱਸ ਦੂਰੀਆਂ ਹੋ ਰਹੀਆਂ ਨੇ। ਹੋ ਹੱਲਾ ਕਰਦੇ ਹੱਸਦੇ ਭੜਕਦੇ ਤਾੜੀਆਂ ਮਾਰਦੇ ਮੁੰਡੇ ਖੋਤੇ ਦੇ ਮਗਰ ਹੋ ਲਏ ਨੇ। ਧੰਨਵਾਦ।